ਆਪ ਸਭ ਨੂੰ ਸਤਿ ਸ਼੍ਰੀ ਅਕਾਲ ਦੋਸਤੋ ਪਿਛਲੇ 2-3 ਦਿਨਾਂ ਤੋਂ ਸਾਡੇ ਚੈਨਲ ਤੇ ਕੁਝ ਮਹੱਤਵਪੂਰਨ ਸਵਾਲ ਜਿਹੜੇ ਨੇ ਬਾਰ-ਬਾਰ ਪੁੱਛੇ ਗਏ ਨੇ ਲਗਾਤਾਰ ਪੁੱਛੇ ਜਾ ਰਹੇ ਨੇ ਉਹ ਸਵਾਲ ਕੀ ਨੇ ਸਭ ਤੋਂ ਪਹਿਲਾ ਸਵਾਲ ਸਾਡੇ ਪੈਨਸ਼ਨਰਸ ਪੁੱਛ ਰਹੇ ਨੇ ਕਿ ਜਿਹੜਾ 11% ਡੀਏ ਦੇ ਵਿੱਚ ਵਾਅਦਾ ਕੀਤਾ ਗਿਆ ਕੀ ਸਿਰਫ ਉਹ EMPLOYEES ਲਈ ਹੈ ਮਲਾਜ਼ਮਾਂ ਲਈ ਹੈ ਪੈਨਸ਼ਨਰਸ ਦੇ ਲਈ ਉਹ ਨਹੀਂ ਹੈ ਔਰ ਇਸ ਤੋਂ ਬਾਅਦ ਦੋਸਤੋ ਜਿਹੜਾ ਮੈਡੀਕਲ ਅਲਾਉਂਸ ਹੈ ਕਿ ਉਹ ਵੀ ਸਿਰਫ ਮੁਲਾਜ਼ਮਾਂ ਨੂੰ ਹੀ ਵਧਾ ਕੇ ਦਿੱਤਾ ਗਿਆ 500 ਤੋਂ 1000 ਕੀਤਾ ਗਿਆ ਪੈਨਸ਼ਨਰਸ ਨੂੰ ਨਹੀਂ ਕੀਤਾ ਗਿਆ ਇਹ ਸਭ ਤੋਂ ਵੱਡਾ ਸਵਾਲ ਜਿਹੜੇ ਸਾਡੇ ਪੈਨਸ਼ਨਰ ਸਾਥੀ ਪੁੱਛ ਰਹੇ ਨੇ ਔਰ ਇਸ ਤੋਂ ਇਲਾਵਾ ਜਿਹੜੇ ਪ੍ਰੋਵੀਜ਼ਨਸ ਦੇ ਵਿੱਚ EMPLOYES ਨੇ ਯਾਨੀ ਕਿ ਜਿਨ੍ਹਾਂ ਦਾ ਪਰਖ ਕਾਲ ਸਮਾਂ 2 ਸਾਲ ਦਾ ਜਾਂ 3 ਸਾਲ ਦਾ ਉਹਨਾਂ ਦਾ ਵੀ ਬਾਰ-ਬਾਰ ਇਹ ਸਵਾਲ ਆ ਰਿਹਾ ਕਿ ਸਾਨੂੰ ਵੀ ਦੱਸਿਆ ਜਾਵੇ ਕਿ ਪ੍ਰੋਵੀਜ਼ਨ ਸਮੇਂ ਦੇ ਵਿੱਚ ਸਾਨੂੰ ਕੋਈ ਇਰੀਅਨ ਮਿਲੇਗਾ ਕਿ ਨਹੀਂ ਮਿਲੇਗਾ ਸਵਾਗਤ ਹੈ ਦੋਸਤੋ ਇਹ ਸਾਰਾ ਕੁਝ ਜਾਣਦੇ ਆ ਇਸ ਵੀਡੀਓ ਦੇ ਵਿੱਚ ਇਹ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਸਾਡਾ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਵੀ ਜ਼ਰੂਰ ਦਬਲੋ ਤਾਂ ਜੋ ਤੁਸੀਂ ਸਾਡੇ ਚੈਨਲ ਤੇ ਆ ਰਹੀਆਂ ਵੀਡੀਓਜ਼ ਤੁਰੰਤ ਹੀ ਦੇਖ ਸਕੋ ਦੋਸਤੋ ਸਭ ਤੋਂ ਮਹੱਤਵਪੂਰਨ ਸਵਾਲ ਸਾਡੇ ਪੈਨਸ਼ਨਰ ਸਾਥੀਆਂ ਦੇ ਲਈ ਬਣ ਜਾਂਦਾ ਹੈ ਕਿ ਜਿਹੜਾ ਡੀਏ ਦੇ ਵਿੱਚ ਵਾਅਦਾ ਕੀਤਾ ਗਿਆ 11% ਦਾ ਕੀ ਉਹ ਸਿਰਫ ਮਲਾਜ਼ਮਾਂ ਦੇ ਲਈ ਹੈ ਪੈਨਸ਼ਨਰਸ ਦੇ ਲਈ ਨਹੀਂ ਹੈ ਮੈਂ ਸਭ ਤੋਂ ਪਹਿਲਾਂ ਜਿਹੜੀ ਨੋਟੀਫਿਕੇਸ਼ਨ ਜਾਰੀ ਹੋਈ ਹੈ ਡੀਏ ਦੇ ਉੱਪਰ ਉਸ ਨੂੰ ਆਪਾਂ ਪੜ੍ਹਦੇ ਹਾਂ ਕਿ ਉਸ ਦੇ ਵਿੱਚ ਕੀ ਲਿਖਿਆ ਗਿਆ ਹੈ ਦੋਸਤੋ ਦੇ ਇਸ ਵਿੱਚ ਲਿਖਿਆ ਹੈ ਕਿ ਗਵਰਨਰ ਆਫ ਪੰਜਾਬ ਇਸ ਪਲੀਜ਼ ਟੂ ਰੀਲੀਜ਼ ਦੀ ਡਰਨੈਸ ਅਲਾਉਂਸ ਟੂ 올 ਦੀ EMPLOYES ਆਫ ਦੀ ਗਵਰਨਮੈਂਟ ਆਫ ਪੰਜਾਬ ਇਨਕਰੀਸਿੰਗ ਦੀ ਐਗਜ਼ਿਸਟਿੰਗ ਰੇਟ ਫਰੋਮ 17 ਟੂ 28% ਵਿਦ ਇਫੈਕਟ ਫਰੋਮ 1 ਨਵੰਬਰ 2021 ਇਹ ਨੋਟੀਫਿਕੇਸ਼ਨ ਹੈ ਦੋਸਤੋ ਡੀਏ ਦੇ ਉੱਪਰ ਜਿਹਦੇ ਵਿੱਚ ਲਿਖਿਆ ਗਿਆ ਕਿ EMPLOYES ਦੀ ਜਿਹੜੀ ਸੈਲਰੀ ਹੈ ਉਸ ਦੇ ਵਿੱਚ ਡੀਏ ਦਾ ਵਾਅਦਾ ਕੀਤਾ ਗਿਆ। ਦੋਸਤੋ ਦੂਸਰੀ ਨੋਟੀਫਿਕੇਸ਼ਨ ਹੈ ਮੈਡੀਕਲ ਦੇ ਉੱਪਰ ਇਸ ਵਿੱਚ ਵੀ ਪੜ ਲੈਣੇ ਕਿ ਕੀ ਲਿਖਿਆ ਗਿਆ। 6th ਪੇ ਕਮਿਸ਼ਨ ਹੈਜ਼ ਡਿਸਾਈਡਡ ਟੂ ਗ੍ਰਾਂਟ ਦੀ ਫਿਕਸਡ ਮੈਡੀਕਲ ਅਲਾਉਂਸ ਆਫ 1000 ਰੁਪੀਸ ਪਰ ਮੰਥ ਟੂ 올 ਦੀ EMPLOYEES ਆਫ ਦੀ ਗਵਰਨਮੈਂਟ ਆਫ ਪੰਜਾਬ ਓਨ ਦੀ ਰਿਵਾਈਜ਼ਡ ਪੇ ਫਿਕਸਡ ਇਨ ਅਕੋਰਡੈਂਸ ਵਿਦ ਦੀ ਸਿਵਲ ਰੂਲਸ ਇਹ ਜਿਹੜੀ ਹੈ ਅਫੈਕਟਿਵ ਹੈ 1 ਜੁਲਾਈ 2021 ਤੋਂ। ਦੋ ਮਹੱਤਵਪੂਰਨ ਸਵਾਲ ਜੇ ਜਿਹੜਾ 11% ਡੀਏ ਦਾ ਵਾਅਦਾ ਹੈ ਤੇ ਮੈਡੀਕਲ ਦੇ ਵਿੱਚ ਜਿਹੜਾ ਵਾਅਦਾ ਕੀਤਾ ਗਿਆ 500 ਤੋਂ 1000 ਕੀ ਉਹ ਸਿਰਫ EMPLOYEES ਦੇ ਲਈ ਹੈ ਪੈਨਸ਼ਨਰਸ ਦੇ ਲਈ ਨਹੀਂ ਹੈ ਦੋਸਤੋ ਜਦੋਂ ਇਹਨਾਂ ਦੋਨੋਂ ਨੋਟੀਫਿਕੇਸ਼ਨਾਂ ਨੂੰ ਪੜ੍ਹਦੇ ਆ ਤਾਂ ਸਵਾਲ ਦਾ ਜਵਾਬ ਇਹੀ ਮਿਲਦਾ ਕਿਉਂਕਿ ਇਸ ਦੇ ਵਿੱਚ EMPLOYEES ਵਰਡ ਯੂਜ਼ ਕੀਤਾ ਗਿਆ ਪੈਨਸ਼ਨਰਸ ਵਰਡ ਯੂਜ਼ ਨਹੀਂ ਕੀਤਾ ਗਿਆ ਕਿ ਇਹ ਵਾਅਦਾ ਸਿਰਫ ਔਰ ਸਿਰਫ EMPLOYEES ਦੇ ਲਈ ਹੀ ਹੈ ਪਰ ਦੋਸਤੋ ਇਸ ਤਰ੍ਹਾਂ ਕਦੀ ਵੀ ਨਹੀਂ ਹੋਇਆ ਜਦੋਂ ਵੀ ਡੀਏ ਦੇ ਵਿੱਚ ਵਾਅਦਾ ਕੀਤਾ ਜਾਂਦਾ ਚਾਹੇ ਉਹ ਸੈਂਟਰ ਸਰਕਾਰ ਹੋਵੇ ਚਾਹੇ ਉਹ ਪੰਜਾਬ ਸਰਕਾਰ ਹੋਵੇ ਉਹ ਵਾਅਦਾ ਜਿਹੜਾ ਹੈ ਪੰਜਾਬ ਦੇ ਸਮੂਹ ਮਲਾਜ਼ਮਾਂ ਨੂੰ ਤੇ ਪੈਨਸ਼ਨਰਾਂ ਨੂੰ ਹੀ ਦਿੱਤਾ ਜਾਂਦਾ ਹੈ ਸਰਕਾਰ ਲਗਾਤਾਰ ਨੋਟੀਫਿਕੇਸ਼ਨਾਂ ਤੇ ਅਮੈਂਡਮੈਂਟਾਂ ਕਰ ਰਹੀ ਹੈ ਅਮੈਂਡਮੈਂਟ ਦਾ ਜਿਹੜਾ ਮਕਸਦ ਹੁੰਦਾ ਹੈ ਉਹ ਇਹ ਹੁੰਦਾ ਹੈ ਕਿ ਉਹਦੇ ਤੇ ਕਲੈਰਿਟੀ ਜਿਹੜੀ ਹੈ ਹੋਰ ਸਾਂਝੀ ਕੀਤੀ ਜਾਵੇ ਮਲਾਜ਼ਮਾਂ ਦੇ ਨਾਲ ਪੈਨਸ਼ਨਰਸ ਦੇ ਨਾਲ ਪਰ ਜਦੋਂ ਹੁਣ ਪੰਜਾਬ ਸਰਕਾਰ ਅਮੈਂਡਮੈਂਟਾਂ ਕਰ ਰਹੀ ਹੈ ਤਾਂ ਇਸ ਨਾਲ ਦੁਵਿਧਾ ਜਿਹੜੀ ਹੈ ਹੋਰ ਵੀ ਬਣ ਜਾਂਦੀ ਹੈ ਕਿਉਂਕਿ ਹੁਣ ਜਿਹੜੀ ਸ਼ੰਕਾ ਸਾਡੇ ਪੈਨਸ਼ਨਰ ਸਾਥੀ ਜਾਜਤਾ ਰਹੇ ਨੇ ਕਿ ਸ਼ਾਇਦ ਇਹ ਵਾਅਦਾ ਸਿਰਫ EMPLOYEES ਲਈ ਹੈ ਔਰ ਇਹਨਾਂ ਨੋਟੀਫਿਕੇਸ਼ਨਾਂ ਨੂੰ ਪੜ੍ਹ ਕੇ ਵੀ ਇਹੀ ਲੱਗ ਰਿਹਾ ਹੈ ਪਰ ਦੋਸਤੋ ਮੇਰਾ ਮੰਨਣਾ ਇਹੀ ਹੈ ਕਿ ਜਿਹੜਾ ਮੈਡੀਕਲ ਦੇ ਵਿੱਚ ਵਾਅਦਾ ਕੀਤਾ ਗਿਆ ਹੈ ਡੀਏ ਦੇ ਵਿੱਚ ਵਾਅਦਾ ਕੀਤਾ ਗਿਆ ਹੈ ਉਹ EMPLOYEES ਤੇ ਪੈਨਸ਼ਨਰ ਲਈ ਦੋਨਾਂ ਦੇ ਲਈ ਹੀ ਹੋਣਾ ਚਾਹੀਦਾ ਹੈ ਪਰ ਜਦੋਂ ਤੋਂ 6th ਪੇ ਕਮਿਸ਼ਨ ਦੇ ਉੱਪਰ ਨੋਟੀਫਿਕੇਸ਼ਨਾਂ ਆ ਰਹੀਆਂ ਨੇ ਪੰਜਾਬ ਸਰਕਾਰ ਲਗਾਤਾਰ ਨਵੇਂ-ਨਵੇਂ ਤਰੀਕੇ ਦੀਆਂ ਨੋਟੀਫਿਕੇਸ਼ਨਾਂ ਜਾਰੀ ਕਰ ਰਹੀ ਹੈ ਹਰ ਮੁਲਾਜ਼ਮ ਨੂੰ ਦੁਬਿਧਾ ਵਿੱਚ ਪਾਇਆ ਹੋਇਆ ਹਰ ਪੈਨਸ਼ਨਰ ਨੂੰ ਦੁਬਿਧਾ ਵਿੱਚ ਪਾਇਆ ਹੋਇਆ ਸੋ ਇਹ ਕਹਿਣਾ ਜਿਹੜਾ ਹੈ ਇੱਥੇ ਸ਼ੋਰ ਨਹੀਂ ਕਹਿ ਸਕਦੇ ਪਰ ਇਹ ਲੱਗ ਰਿਹਾ ਹੈ ਕਿ ਸ਼ਾਇਦ ਜਿਹੜਾ ਇਹ ਵਾਅਦਾ ਹੈ ਉਹ ਪੈਨਸ਼ਨਰਸ ਦੇ ਲਈ ਨਹੀਂ ਕੀਤਾ ਗਿਆ ਪਰ ਇਹ ਜਿਹੜਾ ਟੋਟਲੀ ਰੋਂਗ ਹੋਵੇਗਾ ਟੋਟਲੀ ਗਲਤ ਹੋਵੇਗਾ ਜੇਕਰ ਇਸ ਤਰ੍ਹਾਂ ਪੰਜਾਬ ਸਰਕਾਰ ਕਰ ਰਹੀ ਹੈ ਕਿਉਂਕਿ ਇਹ ਕਹਿਣਾ ਕਿ ਦੀਵਾਲੀ ਦਾ ਤੋਹਫ਼ਾ ਜਿਹੜਾ ਹੈ ਮੁਲਾਜ਼ਮਾਂ ਨੂੰ ਦਿੱਤਾ ਗਿਆ ਪਰ ਜੇਕਰ ਇਹ ਵਾਅਦਾ ਪੈਨਸ਼ਨਰਸ ਨੂੰ ਨਹੀਂ ਦਿੱਤਾ ਜਾਂਦਾ ਤਾਂ ਇਹ ਬਹੁਤ ਹੀ ਜ਼ਿਆਦਾ ਗਲਤ ਗੱਲ ਜਿਹੜੀ ਹੈ ਹੋ ਸਕਦੀ ਹੈ ਸਾਡੇ ਪੈਨਸ਼ਨਰਸ ਦੇ ਲਈ ਹੁਣ ਦੂਸਰਾ ਸਵਾਲ ਦੋਸਤੋ ਜਿਹੜਾ ਸਾਡੇ ਪ੍ਰੋਵੀਜ਼ਨ ਦੇ ਵਿੱਚ ਸਾਥੀ ਨੇ ਜਿਨ੍ਹਾਂ ਨੂੰ 15% ਦਾ ਵਾਅਦਾ ਸਰਕਾਰ ਨੇ ਅਨਾਉਂਸ ਕੀਤਾ ਹੈ ਤੇ ਉਸ ਦੇ ਵਿੱਚ ਇਹ ਲਿਖ ਦਿੱਤਾ ਕਿ ਜਿਹੜਾ ਪ੍ਰੋਵੀਜ਼ਨ ਪੀਰੀਅਡ ਹੈ ਉਸ ਦਾ ਏਰੀਅਰ ਉਸ ਦਾ ਬਕਾਇਆ ਇਹਨਾਂ ਨੂੰ ਨਹੀਂ ਦਿੱਤਾ ਜਾਵੇਗਾ ਇਹ ਵੀ ਇੱਕ ਨਵੀਂ ਦੁਬਿਧਾ ਜਿਹੜੀ ਹੈ ਸਾਡੇ ਜਿਹੜੇ ਨਵੇਂ ਸਾਥੀ ਨੇ ਮੁਲਾਜ਼ਮ ਸਾਥੀ ਨੇ ਉਹਨਾਂ ਦੇ ਵਿੱਚ ਪੈ ਗਈ ਹੈ ਕਿਉਂਕਿ ਇਹ ਸਵਾਲ ਲਗਾਤਾਰ ਸਾਨੂੰ ਪੁੱਛਿਆ ਜਾ ਰਿਹਾ ਹੈ ਕਿ ਇਹ ਦੱਸਿਆ ਜਾਵੇ ਕਿ ਪ੍ਰੋਵੀਸ਼ਨ ਸਮੇਂ ਦੇ ਵਿੱਚ ਕੋਈ ਵਾਅਦਾ ਸਾਨੂੰ ਮਿਲੇਗਾ ਕਿ ਨਹੀਂ ਮਿਲੇਗਾ ਦੋਸਤੋ ਮੈਂ ਤੁਹਾਨੂੰ ਦੱਸਣਾ ਕਿ ਜਿਹੜੀ 5 ਜੁਲਾਈ ਦੀ ਅਸਲ ਨੋਟੀਫਿਕੇਸ਼ਨ ਸੀ 6 ਪੇ ਕਮਿਸ਼ਨ ਦੇ ਉੱਪਰ ਜਿਹਦੇ ਵਿੱਚ ਸਾਰੀਆਂ ਤਰ੍ਹਾਂ ਦੀਆਂ ਐਗਜ਼ਾਮਪਲਾਂ ਦਿੱਤੀਆਂ ਗਿਆ ਸੀ ਟੇਬਲਸ ਜਿਹੜੇ ਨੇ ਦਿੱਤੇ ਗਏ ਸੀ ਉਸ ਦੇ ਵਿੱਚ ਇਹ ਦੱਸਿਆ ਗਿਆ ਸੀ ਕਿ ਪ੍ਰੋਵੀਸ਼ਨ ਸਮੇਂ ਦੇ ਵਿੱਚ ਕੀ ਦਿੱਤਾ ਜਾਏਗਾ ਉਦੇ ਵਿੱਚ ਸਾਫ ਸਾਫ ਲਿਖਿਆ ਸੀ ਕਿ ਜੇਕਰ 10 300 ਦਾ ਇਨੀਸ਼ੀਅਲ ਪੇ ਬੈਂਡ ਹੈ ਤਾਂ ਉਸ ਨੂੰ 2.25 ਜਾਂ ਫਿਰ 2.59 ਨਾਲ ਗੁਣਾ ਕਰਕੇ 22 23000 ਜਿੰਨਾ ਵੀ ਅਮਾਉਂਟ ਬਣਦਾ ਹੈ ਉਹ ਪ੍ਰੋਬੇਸ਼ਨ ਸਮੇਂ ਦੇ ਵਿੱਚ ਦਿੱਤਾ ਜਾਵੇਗਾ ਯਾਨੀ ਕਿ 2 3 ਸਾਲ ਦਾ ਜਿਹੜਾ ਸਮਾਂ ਉਸ ਦੇ ਵਿੱਚ 10000 ਤੋਂ ਵੱਧ ਕੇ 22 23000 ਰੁਪਏ ਮਿਲੇਗਾ ਸੋ ਸੀ ਲਗਾਤਾਰ ਤੁਹਾਨੂੰ ਦੱਸਿਆ ਸੀ ਕਿ ਜਿਹੜਾ ਪ੍ਰੋਬੇਸ਼ਨ ਸਮਾਂ ਉਸ ਵਿੱਚ ਤੁਹਾਨੂੰ ਏਰੀਅਰ ਜਿਹੜਾ ਹੈ ਮਿਲੇਗਾ ਵਾਧਾ ਜ਼ਰੂਰ ਮਿਲੇਗਾ ਪਰ ਦੋਸਤੋ ਪਿਛਲੇ ਦਿਨੀ ਜਿਹੜੀ ਇਹ 15% ਦੇ ਉੱਪਰ ਨੋਟੀਫਿਕੇਸ਼ਨ ਜਾਰੀ ਕੀਤੀ ਹੈ ਸਰਕਾਰ ਨੇ 1-1 2016 ਤੋਂ ਬਾਅਦ ਭਰਤੀ ਮਲਾਜ਼ਮਾਂ ਦੇ ਲਈ ਉਸ ਵਿੱਚ ਇਹ ਲਿਖ ਦਿੱਤਾ ਹੈ ਕਿ there will be no arrear during the probation period for the employees ਯਾਨੀ ਕਿ ਦਾ ਮਤਲਬ ਇਹੀ ਹੈ ਕਿ ਪ੍ਰੋਬੇਸ਼ਨ ਸਮੇਂ ਦਾ ਏਰੀਅਰ ਵੀ ਤੁਹਾਨੂੰ ਨਹੀਂ ਦਿੱਤਾ ਜਾਵੇਗਾ ਸੋ ਦੋਸਤੋ ਲਗਾਤਾਰੇ ਦੋ ਸਵਾਲ ਜਿਹੜੇ ਨੇ ਵੱਡੇ ਬਣ ਗਏ ਨੇ ਪੈਨਸ਼ਨਰਸ ਦੇ ਲਈ ਕਿ ਡੀਏ ਦਾ ਵਾਅਦਾ ਤੇ ਮੈਡੀਕਲ ਦਾ ਵਾਅਦਾ ਜਿਹੜਾ ਹੈ ਉਹਨਾਂ ਨੂੰ ਨਹੀਂ ਦਿੱਤਾ ਗਿਆ ਆਸ ਕਰਦੇ ਹਾਂ ਕਿ ਸਰਕਾਰ ਜਲਦ ਹੀ ਇਸ ਉੱਪਰ ਕਲੈਰੀਫਿਕੇਸ਼ਨ ਦੇਵੇਗੀ ਔਰ ਕਹੇਗੀ ਕਿ ਇਹ ਵਾਅਦਾ ਮਲਾਜ਼ਮਾਂ ਦੇ ਨਾਲ-ਨਾਲ ਪੈਨਸ਼ਨਰਜ਼ ਨੂੰ ਵੀ ਦਿੱਤਾ ਗਿਆ ਔਰ ਦੂਸਰੀ ਗੱਲ ਜਿਹੜੀ ਪ੍ਰੋਵੀਜ਼ਨਰ ਸਾਥੀਆਂ ਦੇ ਨਾਲ ਹੋ ਰਹੀ ਹੈ ਕਿ ਉਹਨਾਂ ਨੂੰ ਪ੍ਰੋਵੀਜ਼ਨ ਸਮੇਂ ਦੇ ਵਿੱਚ ਏਰੀਅਰ ਨਹੀਂ ਦਿੱਤਾ ਜਾ ਰਿਹਾ ਇਹ ਵੀ ਅਸੀਂ ਆਸ ਕਰਦੇ ਹਾਂ ਕਿ ਇਸ ਉੱਪਰ ਵੀ ਸਰਕਾਰ ਇਹੀ ਕਹੇਗੀ ਕਿ ਨਹੀਂ ਏਰੀਆ ਜਿਹੜਾ ਜ਼ਰੂਰ ਦਿੱਤਾ ਜਾਵੇਗਾ 15% ਦੇ ਫਾਰਮੂਲੇ ਦੇ ਨਾਲ ਏਰੀਆ ਨਹੀਂ ਦਿੱਤਾ ਜਾਵੇਗਾ ਜੋ ਕਿ ਬਾਕੀ ਮਲਾਜ਼ਮਾਂ ਨੂੰ ਵੀ ਨਹੀਂ ਦਿੱਤਾ ਜਾ ਰਿਹਾ ਸਵਾਸ ਕਰਦੇ ਹਾਂ ਦੋਸਤੋ ਕਿ ਇਹ ਵੀਡੀਓ ਤੇ ਅਪਡੇਟ ਤੁਹਾਨੂੰ ਵਧੀਆ ਲੱਗੀ ਹੋਵੇਗੀ ਵਧੀਆ ਲੱਗੀ ਤਾਂ ਇਸ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਸਾਡੇ ਲਈ ਕੋਈ ਵੀ ਸਵਾਲ ਜਾਂ ਸਜਾਹ ਹੋਵੇ ਤਾਂ ਇਸ ਵੀਡੀਓ ਦੇ ਕਮੈਂਟ ਬਾਕਸ ਦੇ ਵਿੱਚ ਕਮੈਂਟ ਵੀ ਜ਼ਰੂਰ ਕਰਿਓ ਸਾਡੇ ਚੈਨਲ ਤੇ ਆ ਰਹੀਆਂ ਵੀਡੀਓ ਤੁਹਾਨੂੰ ਵਧੀਆ ਲੱਗ ਰਹੀਆਂ ਤਾਂ ਸਾਨੂੰ ਸਪੋਰਟ ਕਰਨ ਦੇ ਲਈ ਚੈਨਲ ਵੀ ਸਬਸਕ੍ਰਾਈਬ ਕਰਦੇ ਹੋ ਤੇ ਬੈਲ ਆਈਕਨ ਵੀ ਜ਼ਰੂਰ ਦਬਾ ਦਿਓ ਬਸ ਇਸੇ ਤਰ੍ਹਾਂ ਹੀ ਜੁੜੇ ਰਹੋ ਇਸੇ ਤਰ੍ਹਾਂ ਹੀ ਸਾਡਾ ਹੌਸ